ਤੁਸੀਂ ਤਖਤ ਢਵਾ ਕੇ ਵੀ ਉੱਥੇ ਬੈਠੇ ਹੋ। ਉਸ ਪ੍ਰਕਰਮਾ ਦੇ ਅੰਦਰ ਸਾਡਾ ਖੂਨ ਡੁੱਲਿਆ, ਉਸ ਪ੍ਰਕਰਮਾ ਦੇ ਅੰਦਰ ਖੜ ਕੇ ਬੀੜੀਆਂ ਤੰਬਾਕੂ ਪੀਤਾ ਗਿਆ, ਉਸ ਪ੍ਰਕਰਮਾ ਦੇ ਅੰਦਰ ਖੜ ਕੇ ਦੁੱਧ ਚੁੰਘਦੇ ਬੱਚਿਆਂ ਨੂੰ ਮਾਰਿਆ ਗਿਆ। ਅੱਜ ਫੇਰ ਪੁਲਿਸ ਦੀ ਫੌਜ ਉੱਥੇ ਫਿਰ ਰਹੀ ਹੈ। ਕੀ ਹੋਇਆ ਸੀ 84 ਚ? ਤੁਹਾਨੂੰ ਟੈਰਰਿਸਟ ਕਹਿ ਕੇ ਤੁਹਾਡੇ ਤੇ ਅਟੈਕ ਕੀਤਾ ਗਿਆ। ਅੱਜ ਭਾਈ ਅੰਮ੍ਰਿਤਪਾਲ ਸਿੰਘ ਟੈਰਰਿਸਟ ਹੈ, ਅੱਜ ਤਾਂ ਦੁਨੀਆ ਦੇਖ ਰਹੀ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਕਾਰਜ ਕੀਤਾ, ਇਹ ਦੁਨੀਆ ਦੇ ਇਤਿਹਾਸ ਤੇ ਬਹੁਤ ਵੱਡਾ ਕਾਰਜ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਮਹਾਂਪੁਰਖਾਂ ਦੀ ਸ਼ਖਸੀਅਤ ਨੂੰ, ਜਿਹੜੀ ਸ਼ਖਸੀਅਤ ਦੁਨੀਆ ਦੇ ਅੰਦਰ ਬਦਨਾਮ ਕੀਤੀ ਜਾਂਦੀ ਸੀ, ਅੱਜ ਉਸ ਸ਼ਖਸੀਅਤ ਨੂੰ ਇਸ ਕਾਰਜ ਨੇ ਹੋਰ ਉੱਚਾ ਚੱਕਣਾ। ਦੁਨੀਆ ਦੇਖੇਗੀ ਕਿ 40 ਸਾਲ ਪਹਿਲਾਂ ਟੈਕਨੋਲੋਜੀ ਨਹੀਂ ਸੀ, ਇਹਨਾਂ ਨੇ ਝੂਠ ਬੋਲ ਕੇ ਗਲਤ ਸਭ ਢਾਇਆ ਤੇ ਅੱਜ ਉਹੀ ਸਾਰਾ ਕੁਝ ਕੀਤਾ, ਪਰ ਅੱਜ ਟੈਕਨੋਲੋਜੀ ਸੀ ਤੇ ਲੋਕਾਂ ਤੇ ਉਹ ਗੱਲ ਪਹੁੰਚ ਗਈ ਹੈ। ਇਹ ਲੜਾਈ ਸਾਡੀ ਸੀ, ਜਿਹੜੀ ਲੜਾਈ ਤੁਸੀਂ ਦਿੱਲੀ ਲੜ ਕੇ ਆਏ ਸੀ ਨਾ, ਭਾਈ ਸਾਹਿਬ ਕਹਿ ਕੇ ਗਏ ਆ, ਤੁਸੀਂ ਕਹਿੰਦੇ ਸੀ ਜਿੱਤ ਕੇ ਆਏ ਹੋ, ਭਾਈ ਦੀਪ ਸਿੰਘ ਕਹਿੰਦਾ ਸੀਗਾ ਜਿੱਤ ਕੇ ਨਹੀਂ ਆਏ, ਤੇ ਜਿੰਨੀ ਕੁ ਜਿੱਤ ਲਈ ਸੀ ਇਹ ਦੀਪ ਸਿੰਘ ਦੇ ਸਿਰ ਤੇ ਲਈ ਸੀ, ਖਾਲਸੇ ਪੰਥ ਦੇ ਸਿਰ ਤੇ ਲਈ ਸੀ। ਜਿਹੜਾ ਨਿਸ਼ਾਨ ਸਾਹਿਬ ਚੜਾ ਕੇ ਸਿੰਬੋਲਿਕ ਐਕਟ ਤੁਸੀਂ ਦਰਜ ਕਰਕੇ ਆਏ ਸੀ, ਇਹ ਉਹਦੀ ਜਿੱਤ ਸੀ। ਹਿੰਦੁਸਤਾਨ ਦੀ ਕੋਈ ਕੌਮ ਨਹੀਂ ਇਹ ਸੋਚ ਸਕਦੀ ਕਿ ਉਹ ਜਾ ਕੇ ਉੱਥੇ ਲਾਲ ਕਿਲੇ ਦੇ ਉੱਤੇ ਆਪਣਾ ਕੋਈ ਝੰਡਾ ਚੜਾ ਦੇਣਗੇ, ਪਰ ਸਿੱਖ ਕੌਮ ਨੇ ਕੀਤਾ। ਸਿੱਖ ਕੌਮ ਜਾਣਦੀ ਸੀ ਸਾਡੇ ਜੱਸਾ ਸਿੰਘ ਆਲੂਵਾਲੀਆ ਤੇ ਬਘੇਲ ਸਿੰਘ ਇੱਥੇ ਨਿਸ਼ਾਨ ਸਾਹਿਬ ਚੜਾਉਂਦੇ ਰਹੇ ਹੈ, ਇਹ ਇਤਿਹਾਸ ਆਪਣੇ ਆਪ ਨੂੰ ਦੁਹਰਾਇਆ, ਤਾਂ ਤੁਸੀਂ ਉੱਥੇ ਨਿਸ਼ਾਨ ਸਾਹਿਬ ਚਲਾਇਆ। ਜਦੋਂ ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਸੀ, ਅੱਜ ਇਹ ਪੰਥ ਖਾਲਸਾ ਹੈ ਜਿਹੜਾ ਤੱਤ ਖਾਲਸਾ ਖੜੇ ਹੈ, ਜਿਹੜੇ ਡਰੇ ਹੋਏ ਸੀ ਉਹ ਅੱਜ ਘਰਾਂ 'ਚ ਬੈਠੇ ਹੈ, ਜਿਹੜੀਆਂ ਭੇਡਾਂ ਸੀ ਉਹ ਘਰਾਂ 'ਚ ਨੇ, ਜਿਹੜੇ ਸ਼ੇਰ ਨੇ ਉਹ ਮੈਦਾਨ 'ਚ ਨੇ। ਭੇਡਾਂ ਲੱਖਾਂ ਝੁੰਡਾਂ 'ਚ ਨਿਕਲਦੀਆਂ ਹੁੰਦੀਆਂ, ਜਦੋਂ ਤੁਸੀਂ ਲੱਖਾਂ ਦੀ ਗਿਣਤੀ 'ਚ ਗਏ ਸੀ ਉਦੋਂ ਸਾਰਾ ਪੰਜਾਬ ਦਿੱਲੀ ਨੂੰ ਵੰਡ ਹੋਇਆ ਸੀ, ਅੱਜ ਤੁਸੀਂ ਪੰਜਾਬ ਦੇ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ। ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਹਿ ਰਹੇ ਹੋ ਕਿ ਇਹਨੇ ਪੰਜਾਬ ਦੇ ਗੜ ਬਿਪਤਾ ਪਾਤੀ, ਉਹਨੇ ਪੰਜਾਬ ਦੇ ਗੜ ਬਿਪਤਾ ਨਹੀਂ ਪਾਈ, ਇਹ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਗੜ ਬਿਪਤਾ ਪਾਈ ਹੈ। ਦਿੱਲੀ ਲੜ ਕੇ ਤੁਸੀਂ ਆਏ ਸੀ, ਦਿੱਲੀ ਜਿੱਤ ਕੇ ਤੁਸੀਂ ਆਏ ਸੀ, ਤੇ ਉਹ ਸਾਰਾ ਕੁਛ ਉਹ ਇੱਕ ਗੁਰੂ ਕੇ ਸਿੰਘ ਤੋਂ ਵਸੂਲਿਆ ਜਾ ਰਿਹਾ। ਉਸ ਵੇਲੇ ਤਾਂ ਉਹ ਪੰਜਾਬ ਦੀ ਧਰਤੀ ਤੇ ਨਹੀਂ ਸੀ, ਉਹ ਦੁਬਈ ਬੈਠਿਆ ਸੀ। ਲੜਕੇ ਤੁਸੀਂ ਆਏ ਸੀ, ਅੱਜ ਤੁਸੀਂ ਲੜਕੇ ਐਡਾ ਵੱਡਾ ਮੁਜ਼ਾਹਰਾ ਰੋਸ ਦਰਜ ਕਰਕੇ ਘਰਾਂ 'ਚ ਵੜ ਗਏ, ਤੇ ਅੱਜ ਭੀੜ ਇਕੱਲੇ ਪੰਥ ਖਾਲਸੇ ਦੇ ਪੈ ਗਈ ਹੈ। ਸਮਾਂ ਥੋੜਾ ਹੈ, ਹੋਰ ਵੀ ਬੁਲਾਰਿਆਂ ਨੇ ਬੋਲਣਾ, ਪਰ ਇੱਕ ਇੱਕ ਸਿੱਖ ਨੂੰ ਕਦੇ ਵੀ ਇਹ ਨਾ ਸੋਚੋ, ਗੁਲਾਮ ਕੌਮਾਂ ਦੀ ਕਦੇ ਵੀ ਸੋਚ ਛੋਟੀ ਨਹੀਂ ਹੁੰਦੀ। ਕਦੇ ਤੁਸੀਂ ਇੱਥੇ ਬੈਠੇ ਹੋ, ਕਦੇ ਇਹ ਨਾ ਸੋਚੋ ਕਿ ਮੇਰੀ ਸੋਚ ਛੋਟੀ ਹੈ। ਮੈਂ ਇੱਥੇ ਬੈਠਿਆ, ਇੱਥੇ ਬੈਠੇ ਬੈਠੇ ਨੂੰ 10 ਸਿੰਘਾਂ ਨੇ 10 IDA ਦੇ ਤੇ ਹੈ, ਤੁਸੀਂ ਡਰੀ ਜਾਂਦੇ ਹੋ। ਕੋਈ ਸਾਡਾ ਆਈਡੀਆ ਛੋਟਾ ਨਹੀਂ, ਕੋਈ ਸਾਡੀ ਲੜਾਈ ਛੋਟੀ ਨਹੀਂ। ਇੱਕ ਬੰਦਾ ਸ਼ਸਤਰ ਚੱਕ ਕੇ ਲੜਦਾ, ਤੁਸੀਂ ਉਹਦੇ ਗਲ ਪੈ ਜਾਂਦੇ ਹੋ। ਇੱਕ ਬੰਦਾ ਸ਼ਾਂਤ ਲੜਦਾ, ਸ਼ਸਤਰਾਂ ਵਾਲੇ ਉਹਦੇ ਗਲ ਪੈ ਜਾਂਦੇ ਨੇ। ਲੜ ਤਾਂ ਰਹੇ ਹੋ, ਜਿਹੜੇ ਮਰਜ਼ੀ ਤਰੀਕੇ ਲੜੋ, ਤੁਸੀਂ ਦਿੱਲੀ ਤੋਂ ਵਾਪਸ ਆਏ, ਤੁਸੀਂ ਕਹਿੰਦੇ ਸੀ ਜਿੱਤ ਗਏ, ਸਾਰਾ ਜ਼ੋਰ ਇਹ ਲਾ ਦਿਆ ਪੰਜਾਬ ਦੇ ਵਿੱਚ ਬੀਜੇਪੀ ਨੇ ਜਿੱਤਣ ਦੇਣੀ, ਬੀਜੇਪੀ ਪੰਜਾਬ ਦੇ ਵਿੱਚ 92 ਸੀਟਾਂ ਲੈ ਗਈ, ਤੁਹਾਨੂੰ ਸਮਝ ਨਹੀਂ ਆਉਂਦੀ? ਦੀਪ ਸਿੱਧੂ ਪਿੱਟ ਪਿੱਟ ਕੇ ਮਰ ਗਿਆ, ਇਹਨਾਂ ਦੇ 10 ਸਿਰ ਨੇ ਸਮਝੋ, ਉਹ 92 ਸੀਟਾਂ ਲੈ ਗਏ। ਅੱਜ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਨਹੀਂ ਚਲਾ ਰਿਹਾ, ਕੇਜਰੀਵਾਲ ਨਹੀਂ ਚਲਾ ਰਿਹਾ, ਅਮਿਤ ਸ਼ਾਹ ਚਲਾ ਰਿਹਾ, RSS ਚਲਾ ਰਹੀ ਹੈ, ਉਹ ਤੁਹਾਡਿਆਂ ਧਾਕਾਂ ਤੇ ਬੜੇ ਬੈਠੇ, ਉਹ ਤੁਹਾਡੇ ਘਰਾਂ 'ਚ ਬੜੇ ਬੈਠੇ ਹੈ, ਇੱਕ ਇੱਕ ਸਿੱਖ ਦੇ ਸਿਰ ਤੇ ਇੱਕ ਇੱਕ ਏਜੰਸੀ ਦਾ ਬੰਦਾ ਬੈਠਿਆ, ਤੁਹਾਨੂੰ ਸਮਝ ਨਹੀਂ ਆ ਰਹੀ? ਤੁਹਾਡੇ ਅੰਦਰ ਉਹ ਦਰਦੀ ਨਹੀਂ, ਨਾ ਤੁਸੀਂ ਧਰਮ ਨਾਲ ਜੁੜਨਾ ਚਾਹੁੰਦੇ ਹੋ, ਨਾ ਤੁਸੀਂ ਗੁਰਬਾਣੀ ਨਾਲ ਜੁੜਨਾ ਚਾਹੁੰਦੇ ਹੋ, ਆਪਣੇ ਹੀ ਸ਼ਹੀਦਾਂ ਨੂੰ ਭੰਡੀ ਜਾਂਦੇ ਹੋ, ਤੁਸੀਂ ਇੱਕ ਲਾਠੀ ਕਿਸੇ ਦੇ ਮਾਰਦੇ ਹੋ, ਆਪ ਹੀ ਕਹਿਣ ਲੱਗ ਜਾਂਦੇ ਹੋ ਵਾਇਲੈਂਸ ਕੀਤੀ ਹੈ, ਅਗਲਾ ਬੰਦਾ ਤੁਹਾਨੂੰ ਕੁੱਟ ਕੁੱਟ ਕੇ ਤੁਹਾਡੀ ਛਿੱਲ ਲਾ ਦਿੰਦਾ।
ਤੁਸੀਂ ਅੰਬੈਸੀਆਂ ਤੋਂ ਰੰਗੇ ਧਾਰ ਤੇ ਤੁਸੀਂ ਕਹਿੰਦੇ ਵਾਇਲੈਂਸ ਕੀਤੀ ਹੈ ਇੰਗਲੈਂਡ ਦੀ ਅੰਬੈਸੀ ਦੇ ਵਿੱਚੋਂ ਜਦੋਂ ਤਿਰੰਗਾ ਤਾਰਿਆ ਗਿਆ ਉਹ ਕਿੱਡਾ ਵੱਡਾ ਸਿੰਬੋਲਿਕ ਐਕਟ ਹੈ ਇੱਕ ਇੰਡੀਅਨ ਮੂਲ ਦਾ।